ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਆਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਆਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਪੰਜਾਬ ਆਪਣੀ ਕਮਾਈ ਦਾ 35% ਪੈਸਾ ਮਾਫ਼ਤ ਦੀਆਂ ਸਕੀਮਾਂ ਦੇਣ ਤੇ ਲਗਾ ਰਿਹਾ ਆਰਬੀਦਰ ਰਿਪੋਰਟ ਦੇ ਵਿੱਚ ਸਾਰੇ ਸੂਬਿਆਂ ਤੇ ਵੱਡਾ ਖੁਲਾਸਾ ਪੰਜਾਬ ਦੇ ਬੇਚਾ ਲੋਕ ਸਸਤੇ ਬਿਜਲੀ ਦਾ ਆਨੰਦ ਮਾਣ ਰਹੇ ਹਨ ਫੇਰ ਚਾਹੇ ਕਿਸਾਨ ਹੋਣ ਜਾਂ ਫਿਰ ਘਰਾਂ ਦੇ ਬਿਲੇ ਜਾਂ ਸੰਨਤ ਕਰਨ ਦਿੱਤੇ ਜਾਂਦੇ ਬਿਲੇ ਤੇ ਸਬਸਿਡੀ ਸਾਰੇ ਸਰਕਾਰੀ ਛੋਟਾਂ ਦੇ ਨਾਲ ਬਾਗੋ-ਬਾਗ ਹਨ ਪਰ ਇਹਦਾ ਸਦਾ ਅਸਰ ਪੰਜਾਬ ਦੇ ਆਰਥਿਕ ਸਥਿਤੀ ਤੇ ਪੈਂਦਾ ਜਾ ਰਿਹਾ ਹੈ ਆਰਬੀ ਦੇ ਅਕਰ ਰਿਪੋਰਟ ਦੇ ਹਵਾਲੇ ਦੇ ਨਾਲ ਦਾਵਾ ਕੀਤਾ ਗਿਆ ਕਿ ਪੰਜਾਬ ਅਜੇਹਾ ਸੂਬਾ ਜੋ ਕਿ ਚੋਣਾਂ ਦੇ ਵਿੱਚ ਮੁਆਫਤਾਂ ਸਕੀਮਾਂ ਦੇਣ ਦੇ ਵਾਅਦੇ ਕਰਨ ਵਾਲਾ ਦੇਸ਼ ਦਾ ਸਭ ਤੋਂ ਪਹਿਲਾ ਰਾਜ ਹੈ ਤੁਹਾਨੂੰ ਦੱਸ ਦੇਇਆ ਪੰਜਾਬ ਨੂੰ ਕਮਾਈ ਸਭ ਟੈਕਸ ਤੋਂ ਹੁੰਦੀ ਆ ਤੇ ਪੰਜਾਬ ਆਪਣੀ ਕਮਾਈ ਦਾ 35.4% ਹਿੱਸਾ ਮੁਆਫਤੀਆਂ ਸਕੀਮਾਂ ਵੰਡਣ ਦੇ ਵਿੱਚ ਖਰਚ ਕਰਿਆ ਮੱਧ ਪ੍ਰਦੇਸ਼ ਰਾਜਸਥਾਨ ਪੰਜਾਬ ਪੱਛਮੀ ਬੰਗਾਲ ਤੇ ਆਂਧਰਾ ਪ੍ਰਦੇਸ਼ ਵਰਗੇ ਸੂਬੇ ਆਪਣੇ ਕੋਲ ਟੈਕਸ ਕਮਾਈ ਦਾ 35% ਦੀ ਮੁਆਫਤਾਂ ਸਕੀਮਾਂ ਦੇ ਬੱਚਾ ਖਰਚ ਕਰ ਰਹੇ ਹਨ ਅਗਲੀ ਖਬਰ ਹੈ ਪੰਜਾਬ ਦੇ ਵਿੱਚ 331 ਐਨ ਆਰ ਆਈ ਲਾੜੇ ਹੋਏ ਭਗੌੜੇ ਪੁਲਿਸ ਦੇ ਬੋਲੋ ਜਾਇਦਾਦਾਂ ਜਾਬਤਾ ਕਰਨ ਦੀ ਤਿਆਰੀ ਪੰਜਾਬ ਦੇ ਵਿੱਚ ਤੋਕੇ ਦੇ ਨਾਲ ਵਿਆਹ ਕਰਵਾ ਕੇ ਵਿਦੇਸ਼ਾਂ ਦੇ ਵਿੱਚ ਰਹਿ ਕੇ ਐਸ਼ੂ ਰਾਮ ਦੀ ਜ਼ਿੰਦਗੀ ਜਿਰੇ ਐਨ ਆਰ ਆਈ ਲਾੜਿਆਂ ਦੀ ਮੁਸ਼ਕਲਾਂ ਵੱਧ ਗਈਆਂ ਹਨ ਸਵੇਰੇ ਬਾਕ-ਬਾਕ ਐਨ ਆਰ ਆਈ ਥਾਣੇ ਦੇ ਵਿੱਚ ਦਰਜ ਅਜੇ ਮਾਮਲੇ ਦੇ ਵਿੱਚ 331 ਲੋਕ ਭਗੌੜੇ ਐਲਾਨੇ ਜਾ ਚੁੱਕੇ ਹਨ ਪੁਲਿਸ ਨੇ 15 ਸਾਲਾਂ ਤੋਂ ਭਗੌੜੇ ਅਲਾ ਨੇ ਇਹਨਾਂ ਲੜਕੀਆਂ ਦੀਆਂ ਜਾਇਦਾਦਾਂ ਕੁਰਕਾ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀਆ ਤਾਂ ਜੋ ਪੀੜਤਾਂ ਲੜਕੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਇ ਜਾ ਸਕੇ ਐਨ ਆਰ ਆਈ ਥਾਣਾ ਦੇ ਵਿੱਚ 30 ਦਰ ਜਾ ਕੇ ਸੰਬੰਧ ਸਭ ਤੋਂ ਵੱਧ 46 ਭਗੌੜੇ ਜੂਕੇ ਵਿੱਚ ਹਨ ਇਸ ਤੋਂ ਇਲਾਵਾ ਅਮਰੀਕਾ ਵਿੱਚ 35 ਕੈਨੇਡਾ ਵਿੱਚ 35 ਆਸਟ੍ਰੇਲੀਆ ਵਿੱਚ 23 ਜਰਮਨੀ ਵਿੱਚ 7 ਤੇ ਨਿਊਜ਼ੀਲੈਂਡ ਵਿੱਚ 6 ਹਨ ਹੋਰ ਥਾਣਾ ਦੇ ਵਿੱਚ ਵੀ ਅਜਿਹੇ ਕੇਸਾ ਦਰਜ ਹਨ ਨਮਾ ਸਰਦ ਬੈਚ ਅਜਾਹੇ ਸਭ ਤੋਂ ਬਾਅਦ 42 ਮਾਮਲੇ ਹਨ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤ ਹ ਘੰਟਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਪੰਡਾ ਕਪੂਰੇ ਦੇ ਬੈਚ ਸੁਖਬੀਰਾ ਬਾਦਲ ਦਾ ਵੱਡਾ ਐਲਾਨ ਕੇਂਦਰੀ ਟੀਮਾਂ ਨੂੰ SBYL ਨਹਿਰ ਦਾ ਸਰਵੇ ਨਹੀਂ ਕਰਨਾ ਦੇਵਾਂਗੇ ਤੇ ਚੰਡੀਗੜ੍ਹ ਦੇ ਵਿੱਚ ਆ ਮਾਨ ਦੇ ਘਰ ਦਾ ਕਰਾਉ 10 ਨੂੰ ਤਾਂ ਦੋਸਤੋ ਸੁਪਰੀਮ ਕੋਰਟ ਦੇ ਵੱਲ ਐਸਬਾਈਐਲ ਨਹਿਰ ਦੇ ਮਾਮਲੇ ਦੇ ਵਿੱਚ ਦਿੱਤੇ ਹੁਕਮ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ਦੇ ਵਿੱਚ ਮੋਰਚਾ ਲਾਉਣ ਦੀ ਤਿਆਰੀ ਕਰ ਲਈ ਹੈ ਜ਼ਿਲ੍ਹੇ ਦੇ ਪੰਡਾ ਕਪੂਰੇ ਦੇ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਭਾਵੇਂ ਫੌਜ ਆ ਜਾਵੇ ਅਕਾਲੀ ਦਲ ਕੇਂਦਰੀ ਟੀਮਾਂ ਦੇ ਵੱਲੋਂ ਜਿਹੜਾ ਕਿ ਚੰਡੀਗੜ੍ਹ ਦੇ ਵਿਚ ਆਮਾਨ ਦੇ ਘਰ ਦਾ ਘਰਾਓ ਦਾਸ ਨੂੰ ਕੀਤਾ ਜਾਵੇਗਾ। ਅਗਲੀ ਖਬਰ ਹੈ ਵਿਜੀਲੈਂਸ ਨੇ ਬੀਬੀ ਜੰਗੀਰ ਕੌਰ ਦੇ ਡੇਰੇ ਦੇ ਵਿਚ ਆ ਮਾਰਿਆ ਛਾਪਾ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਬੀਬੀ ਜੰਗੀਰ ਕੌਰ ਵੀ ਵਿਜੀਲੈਂਸ ਦੇ ਨਿਸ਼ਾਨੇ ਤੇ ਆ ਗਈ ਹੈ। ਵਿਜੀਲੈਂਸ ਟੀਮ ਨੇ ਬੀਬੀ ਜੰਗੀਰ ਕੌਰ ਦੇ ਵਿਗੋਬਾਲ ਸਥਤਾ ਡੇਰੇ ਤੇ ਛਾਪਾ ਮਾਰ ਕੇ 2 ਘੰਟੇ ਤੱਕ ਜਾਂਚ ਕੀਤੀ ਅਤੇ ਨਗਰ ਪੰਚਾਇਤਾਂ ਦੀ ਜ਼ਮੀਨਾਂ ਕਬ ਜਾਉਣਾ ਦੇ ਮਾਮਲੇ ਤੇ ਬੀਬੀ ਤੋਬੀ ਪੁੱਛ ਗਏ ਸ਼ੱਕ ਕੀਤੀ ਬੀਬੀ ਜੰਗੀਰ ਕੌਰ ਦੇ ਜਵਾਈ ਜੁਬਰਾਜ ਭਵਿੰਦਰ ਸੰਘਨੇ ਛਾਪੇ ਮਾਰੇ ਦੀ ਗੱਲ ਸਬਕਾਰ ਕੀਤੀ ਹੈ ਬੀਬੀ ਜੰਗੀਰ ਕੌਰ ਸੰਤ ਪ੍ਰੇਮ ਸੰਗਾ ਮੁਰਾਲੇ ਡੇਰੇ ਦੀ ਮੱਖਾ ਸੇਵਾਦਾਰ ਬੀਤ ਤਿੰਨ ਮਹੀਨੇ ਪਹਿਲਾਂ ਅਕਾਲੀ ਦਲ ਤੋਂ ਵੱਖ ਹੋ ਕੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਚੁਣੌਤੀ ਦੇਣ ਦੇ ਲਈ ਵਖਰੇ ਸਰ ਅਲਾਪੇ ਸੀ ਬੀਬੀ ਜੰਗੀਰ ਕੌਰ ਦੇ ਖਿਲਾਫ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਅਦਾਰਿਤ ਕੀਤੀ ਗਈ ਹੈ ਜੱਸ ਵੈਚ ਉਹਨਾਂ ਤੇ ਨਗਰ ਪੰਚਾਇਤ ਬੀਗੋਵਾਲ ਦੀ ਜ਼ਮੀਨ ਤੇ ਕਬਜ਼ਾ ਕਰਨ ਦਾ ਦੋਸ਼ ਲੱਗਿਆ ਹੈ ਸੂਤਰਾਂ ਦੇ ਅਨੁਸਾਰ ਵੀ ਟੀਮ ਨੇ ਬੀਬੀ ਦੇ ਡੇਰੇ ਤੋਂ ਲੈਪਟਾਪ ਆਫ ਹੁਨਾਤੇ ਜ਼ਮੀਨ ਦੇ ਨਾਲ ਸੰਬੰਧਿਤ ਦਸਤਾਵੇਜ਼ ਜਬਤ ਕਰ ਲਏ ਹਨ ਅਗਲੀ ਖਬਰ ਅਫਗਾਨਿਸਤਾਨ ਦੇ ਵਿੱਚ ਭਚਾਲ ਦੇ ਝਟਕੇ ਨੇ ਮਚਾਈ ਤਬਾਹੀ 14 ਲੋਕਾਂ ਦੀ ਮੌਤ 78 ਜ਼ਖਮੀ ਤੇਜ ਹੁਚਾਲ ਦੇ ਕਾਰਨ ਅਫਗਾਨਿਸਤਾਨ ਕੰਬ ਗਿਆ ਅਫਗਾਨਿਸਤਾਨ ਦੇ ਵਿੱਚ ਜਬਰਦਸਤ ਪੁਚਾਲਿਆ ਤੇ ਜਿਸ ਵਿੱਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਰਸ਼ਾ ਹੈ ਨਿਊਜ਼ ਏਜੰਸੀ ਏਐਫਪੀ ਨੇ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਦੱਸਿਆ ਹੈ ਕਿ ਅਫਗਾਨਿਸਤਾਨ ਦੇ ਪੱਛਮੀ ਖੇਤਰ ਦੇ ਵਿੱਚ ਆਏ ਪੁਚਾਲ ਦੇ ਵਿੱਚ ਘੱਟੋ ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 78 ਲੋਕ ਜ਼ਖਮੀ ਹੋ ਗਏ ਅਤੇ ਅਧਿਕਾਰੀ ਦਾ ਕਹਿਣਾ ਹੈ ਕਿ ਢਹਿ ਟੇਰੀ ਇਮਾਰਤਾਂ ਦੇ ਹੇਠਾਂ ਲੋਕਾਂ ਦੇ ਦੱਬੇ ਹੁੰਦਿਆਂ ਰਿਪੋਰਟਾਂ ਵਿਚਾਲੇ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਹਰਾਤ ਸਵੇ ਦੇ ਪਬਲਿਕ ਹੈਲਥ ਡਾਇਰੈਕਟਰਾ ਮੁਹੰਮਦ ਤਾਲੇਬ ਸ਼ਾਹਦਾਨ ਨੇ ਐਫਪੀ ਨੂੰ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ ਕੇਂਦਰੀ ਹਸਪਤਾਲ ਦੇ ਬੈਚਾਂ ਲਿਆਂਦੀਆਂ ਲਾਸ਼ਾਂ ਦੇ ਆਧਾਰ ਤੇ ਪਰ ਇਹ ਅੰਤਮ ਅੰਕੜਾ ਨਹੀਂ ਆ ਸਾਨੂੰ ਜਾਣਕਾਰੀ ਆ ਕਿ ਲੋਕਾਂ ਮਾਲਵੇ ਦੇ ਹੇਠਾਂ ਦੱਬੇ ਹੋਏ ਹਨ। ਆਗਲੀ ਖਬਰ ਹੈ ਪੰਜਾਬ ਦੇ ਵਿੱਚ ਐਸਬੀਐਲ ਅਤੇ ਪਾਏਪਾ ਦਾ ਮੰਤਰੀ ਪਾਏਪਾ ਦਾ ਮੁੱਖ ਮੰਤਰੀ ਨਵਾਦ ਦੇਵਾਲ ਮਾਰਜਾ ਰਾਸਤ ਵਿੱਚ ਲੈ ਆਗੂ ਸੁਪਰੀਮ ਕੋਰਟ ਦੇ ਵੱਲੋਂ ਸਤਲਜ ਯਮਨਾ ਲੰਕਾ ਨਹਿਰ ਐਸਬੀਐਲ ਮਾਨੂਲ ਵਿੱਚ ਪੰਜਾਬ ਸਰਕਾਰ ਦੇ ਫੈਸਲੇ ਨੂੰ ਬਰਕਰਾਰ ਰੱਖਣ ਤੋਂ ਬਾਅਦ ਪਾਏਪਾ ਨੇ ਵੀ ਆਪਣਾ ਮੋਰਚਾ ਖੋਲ ਦਿੱਤਾ ਹੈ ਸ਼ਨੀਵਾਰ ਨੂੰ ਕੋਰ ਕਮੇਟੀ ਦੀ ਮੀਟਿੰਗ ਖਤਮ ਹੋਣ ਤੋਂ ਬਾਅਦ ਸੁਭਾ ਪ੍ਰਦਾਨ ਸਨੀਲਾ ਜਾਕੜ ਨੇ ਭਾਈਪਾ ਆਗੂਆਂ ਦੇ ਨਾਲ ਮੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਘਰ ਦੇ ਬਾਹਰ ਮਾਰਚ ਕੀਤਾ ਪੁਲਿਸ ਨੇ ਉਸ ਨੂੰ ਉਹਦੇ ਰਹਾਇਸ਼ ਦੇ ਨੇੜੇ ਰੋਕ ਕੇ ਹਿਰਾਸਤ ਵਿੱਚ ਲੈਣ ਅਤੇ ਭਾਈਪਾ ਨੇ ਸਪਸ਼ਟ ਕੀਤਾ ਹੈ ਕਿ ਉਹ ਇੱਕ ਬੂੰਦ ਵੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਵੇਗੀ ਭਾਈਪਾ ਨੇ ਆਪ ਸਰਕਾਰ ਤੇ ਕੇਸ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ ਹੈ ਭਾਈਪਾ ਕੋਰਾ ਕਮੇਟੀ ਦੀ ਮੀਟਿੰਗ ਦੇ ਵਿੱਚ ਅbschish ਤੌਰ ਤੇ ਕੇਂਦਰੀ ਰਾਜ ਮੰਤਰੀ सोमा प्रकाश صاحب ਕੌਮੀ ਮੀਤ ਪ੍ਰਧਾਨ ਅਭਿਨਾਸ਼ ਰਾਏ ਕੰਨਾਤ ਦੇ ਕਮੇਟੀ ਮੈਂਬਰ ਸ਼ਾਮਲ ਹੋਏ। ਅਗਲੀ ਖਬਰ ਨਵਜੋਤ ਸੁਦਨ ਨਾਬਾ ਜਿਲਦਬੈਚ ਦਾ ਬੰਦ ਸੁਖਪਾਲ ਸੰਘਾ ਖਹਿਰ ਦੇ ਨਾਲ ਕੀਤੀ ਮੁਲਾਕਾਤ। ਕਾਂਗਰਸ ਦੇ ਸੀਨੀਅਰ ਨੇਤਾ ਨਵਜੋਤ ਸੰਘਾ ਸਿੱਧੂ ਨਾਬਾ ਦੇ ਨਾਮੀ ਜਲਾ ਜਿਲਦਬੈਚ ਦਾ ਨਾਇਕ ਹਰਾਸਤ ਬੈਚ ਦਾ ਬੰਦ ਸੁਖਪਾਲ ਖਹਿਰ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਜਿੱਥੇ ਉਨ੍ਹਾਂ ਨੇ ਖੈਰਾ ਦੇ ਨਾਲ 1 ਘੰਟੇ ਦੇ ਕਰੀਬ ਗੱਲਬਾਤ ਕੀਤਾ ਜੇਲ੍ਹ ਤੋਂ ਬਾਹਰ ਨਿਕਲਦੇ ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਸਦੁਨ ਨੇ ਪੰਜਾਬ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਉਹਨਾਂ ਨੇ ਸੁਖਪਾਲ ਖੈਰਾ ਦੇ ਨਾਲ 1 ਘੰਟੇ ਦੇ ਕਰੀਬ ਗੱਲਬਾਤ ਕੀਤੀ ਜੇਲ੍ਹ ਤੋਂ ਬਾਹਰ ਨਿਕਲਦੇ ਪੱਤਰਕਾਰ ਦੇ ਨਾਲ ਗੱਲਬਾਤ ਕਰਦੋਂ ਨਵਜੋਤ ਸਦੁਨ ਨੇ ਪੰਜਾਬ ਸਰਕਾਰ ਦੇ ਉੱਪਰ ਤਿੱਖੇ ਸ਼ਬਦੀ ਹਮਲੇ ਕੀਤੇ ਜਿਨ੍ਹਾਂ ਬੈਚਾ ਕਿਹਾ ਹੈ ਕਿ ਸਰਕਾਰ ਦੇ ਵੱਲੋਂ 2015 ਦੇ ਪ੍ਰਾਣਿਕ ਕਿਸ ਦੇ ਬੈਚਾ ਬਗਲਾ ਖੂਰੀ ਤਹਿਤ ਸੁਖਪਾਲ ਸਿੰਘ ਖੇਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਨੇ ਕਹਿ ਕੇ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਪਟਕਾਉਣ ਦੇ ਲਈ ਸਰਕਾਰ ਅਜੇ ਹੱਥ ਕੰਡੇ ਵਰਤ ਰਹੀ ਹੈ। ਅਗਲੀ ਖਬਰ ਹੈ ਪੰਜਾਬ ਦੇ ਬੈਚਾ ਜ਼ਮੀਨਾਂ ਜਾਇਦਾਦ ਦੀਆਂ ਰਜਿਸਟਰੀਆਂ ਤੋਂ ਆਮਦਨ ਦੇ ਬੈਚਾ ਵਾਅਦਾ ਯਾਰੀ ਜਿੰਪਾ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਪਾਰਦਰਸ਼ੀ ਖਾਜਲ ਖਵਾਰੀ ਰਹਿਤਤਾ ਤੇ ਪ੍ਰਹਾਟਾਚਾਰ ਮੁਕਤ ਸਬਾਮਾ ਦੇਣ ਦੇ ਨਤੀਜੇ ਵਜੋਂ ਜ਼ਮੀਨਾਂ ਜਾਇਦਾਦਾਂ ਦੀਆਂ ਰਜਿਸਟਰੀਆਂ ਤੋਂ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਵਿੱਤੀ ਬਰੇ 2023-24 ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 12% ਜ਼ਿਆਦਾ ਪੈਸਾ ਆਇਆ ਹੈ ਪੰਜਾਬ ਦੇ ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਣ ਦੱਸਾ ਹੈ ਕਿ ਜ਼ਮੀਨ ਜਾਇਦਾਦਾਂ ਦੀਆਂ ਰਜਿਸਟਰੀਆਂ ਤੋਂ ਪੰਜਾਬ ਸਰਕਾਰ ਨੂੰ ਸਿਰਫ ਅਗਸਤ ਦਾ ਮਹੀਨਾ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 24 ਫੀਸਦੀ ਯਾਦਾ ਆਮਦਨ ਹੋਈ ਜਾਂ ਜਰ ਕੇ ਸਤੰਬਰ ਮਹੀਨੇ ਦੇ ਵਿੱਚ ਆ ਇਹ ਵਾਧਾ ਦਰ 10 ਫੀਸਦੀ ਰਹੀ ਅਗਸਤ 2022 ਦੇ 282.62 ਕਰੋੜ ਰੁਪਏ ਦੇ ਮੁਕਾਬਲੇ ਅਗਸਤ 2023 ਦੇ ਵਿੱਚ ਸਰਕਾਰੀ ਖਜ਼ਾਨੇ ਵਿੱਚ 350 ਕਰੋੜ ਦੇ ਕਰੀਬ ਰੁਪਏ ਆਏ ਹਨ ਇਸੇ ਤਰ੍ਹਾਂ ਸਤੰਬਰ 2022 ਦੇ 303.38 ਕਰੋੜ ਰੁਪਏ ਦੇ ਮੁਕਾਬਲੇ ਸਤੰਬਰ 2023 ਦੇ ਵਿੱਚ 332 ਕਰੋੜ 48 ਲੱਖ ਰੁਪਏ ਦੀ ਆਮਦਨ ਹੋਈ ਹੈ। ਅਗਲੀ ਖਬਰ ਹੈ ਪੰਜਾਬ ਦੀਆਂ ਅਨਾਜ ਮੰਡੀਆਂ ਅੱਜ ਤੋਂ ਰਹਿਣਗੀਆਂ ਬੰਦ। ਤਾਂ ਦੋਸਤੋ ਪੰਜਾਬ ਭਰ ਦੀਆਂ 1840 ਅਨਾਜ ਮੰਡੀਆਂ ਦੇ ਵਿੱਚ ਝੋਨੇ ਦੀ ਕਟਾਈ ਦੇ ਦੌਰਾਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕੰਮ ਕਰਦੇ 10 ਲੱਖ ਮਜ਼ਦੂਰਾਂ ਨੇ 7 ਅਕਤੂਬਰ ਤੋਂ ਅਣਮਿਥੇ ਸਮੇਂ ਦੇ ਲਈ ਹੜਤਾਲ ਕਰਨ ਦਾ ਐਲਾਨ ਕੀਤਾ ਹੈ ਮੰਡੇ ਬੋਰਡ ਪੰਜਾਬ। ਬਲਾਂ ਮਜ਼ਦੂਰਾਦਾਂ ਸਮੱਸਿਆਵਾਂ ਦਾ ਹੱਲ ਨਾ ਕਰਨ ਕਾਰਨ ਗळा ਮਜ਼ਦੂਰਾ ਜੂਨੀਅਨ ਦੀ ਮੀਟਿੰਗ ਤੋਂ ਬਾਅਦ ਜੂਨੀਅਨ ਦੇ ਸੂਬਾ ਪ੍ਰਦਾਣਾ ਰਕੇ ਸ਼ਕਮਾਰ ਤੁਲੀ ਨੇ ਕਹਿ ਕੇ ਬੋਰਡ ਦੇ ਉੱਚ ਅਧਿਕਾਰੀ ਮਜ਼ਦੂਰਾਦਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਟਾਲਮਟੋਲਾ ਕਰ ਰਹੇ ਹਣ ਤੇ ਜਿਸ ਕਾਰਨ ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ 7 ਅਕਤੂਬਰ ਤੋਂ ਬੰਦ ਰੱਖਣ ਦਾ ਵੱਡਾ ਫੈਸਲਾ ਕੀਤਾ ਗਿਆ ਹੈ